ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬਤੌਰ ਕਵਰਿੰਗ ਕੈਂਡੀਡੇਟ ਬਠਿੰਡਾ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਜਿਹਦੇ ਤਹਿਤ ਉਹਨਾਂ ਆਪਣੀ ਜਾਇਦਾਦ ਦਾ ਵੇਰਵਾ ਵੀ ਦਿੱਤਾ। ਇਸ ਹਲਫਨਾਮੇ ਦੇ ਮੁਤਾਬਕ ਪ੍ਰਕਾਸ਼ ਸਿੰਘ ਬਾਦਲ ਦੇ ਕੋਲ ਕੁੱਲ 13,83,38,200 ਰੁਪਏ ਦੀ ਚੱਲ ਅਤੇ ਅਚਲ ਜਾਇਦਾਦ ਹੈ ਜਿਹਦੇ ਵਿੱਚੋਂ ਚੱਲ ਜਾਇਦਾਦ ਦੇ ਤਹਿਤ ਪ੍ਰਕਾਸ਼ ਸਿੰਘ ਬਾਦਲ ਦੇ ਕੋਲ 1,88,250 ਰੁਪਏ ਕੈਸ਼ ਹੈ ਜਦਕਿ ਉਹਨਾਂ ਦੇ ਬੈਂਕ ਖਾਤੇ ਦੇ ਵਿੱਚ 22,69,873 ਰੁਪਏ ਜਮ੍ਹਾਂ ਨੇ। ਇਸ ਦੇ ਇਲਾਵਾ ਪ੍ਰਕਾਸ਼ ਸਿੰਘ ਬਾਦਲ ਦੇ ਕੋਲ 6,00,000 ਰੁਪਏ ਦੇ ਗਹਿਣੇ ਨੇ ਜਦਕਿ ਉਹਨਾਂ ਨੇ 5,50,97,551 ਰੁਪਏ ਦਾ ਵੱਖ ਵੱਖ ਤਰ੍ਹਾਂ ਦਾ ਨਿਵੇਸ਼ ਕੀਤਾ ਹੋਇਆ ਤੇ ਸਭ ਨੂੰ ਮਿਲਾ ਕੇ ਪ੍ਰਕਾਸ਼ ਸਿੰਘ ਬਾਦਲ ਦੀ ਕੁੱਲ ਜਾਇਦਾਦ 6,56,60,756 ਰੁਪਏ ਬਣਦੀ ਹੈ। ਹੁਣ ਜੇਕਰ ਗੱਲ ਬਾਦਲ ਸਾਹਿਬ ਦੀ ਅਚਲ ਜਾਇਦਾਦ ਦੀ ਕੀਤੀ ਜਾਵੇ ਤਾਂ ਉਹਨਾਂ ਦੇ ਕੋਲ ਕੁੱਲ ਅਚਲ ਜਾਇਦਾਦ 7,26,77,444 ਰੁਪਏ ਹੈ ਜਿਹਦੇ ਤਹਿਤ ਉਹਨਾਂ ਦੇ ਕੋਲ ਪਿੰਡ ਬਾਦਲ ਦੇ ਵਿੱਚ ਘਰ ਹੈ ਜਿਸ ਦੀ ਕੀਮਤ 54,24,800 ਰੁਪਏ ਹੈ। ਦੱਸ ਦਈਏ ਕਿ ਇਸੇ ਘਰ ਦੇ ਵਿੱਚੋਂ ਬਾਦਲ ਸਾਹਿਬ ਦੇ ਬੇਟੇ ਸੁਖਬੀਰ ਸਿੰਘ ਬਾਦਲ ਦੇ ਹਿੱਸੇ ਜੋ ਜ਼ਮੀਨ ਆਉਂਦੀ ਹੈ ਉਸ ਦੀ ਕੀਮਤ 11 ਕਰੋੜ ਰੁਪਏ ਹੈ ਜੋ ਕਿ ਸੁਖਬੀਰ ਬਾਦਲ ਨੂੰ ਉਹਨਾਂ ਦੀ ਮਾਤਾ ਦੇ ਵੱਲੋਂ ਦਿੱਤੀ ਗਈ ਸੀ ਜਿਸ ਦਾ ਜ਼ਿਕਰ ਉਹਨਾਂ ਨੇ ਆਪਣੇ ਐਫੀਡੈਵਿਟ ਦੇ ਵਿੱਚ ਕੀਤਾ ਹੋਇਆ। ਇਸ ਦੇ ਇਲਾਵਾ ਮੁੜ ਬਾਦਲ ਸਾਹਿਬ ਦੀ ਜਾਇਦਾਦ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਕੋਲ 5,73,82,201 ਰੁਪਏ ਦੀ ਐਗਰੀਕਲਚਰ ਜ਼ਮੀਨ ਹੈ ਜਦਕਿ 70,88,383 ਰੁਪਏ ਦੀ ਨੋਨ ਐਗਰੀਕਲਚਰ ਜ਼ਮੀਨ ਹੈ। ਇਸ ਦੇ ਇਲਾਵਾ ਸਾਬਕਾ ਮੁੱਖ ਮੰਤਰੀ ਦੇ ਕੋਲ 27,82,000 ਰੁਪਏ ਦੀ ਕਮਰਸ਼ੀਅਲ ਜ਼ਮੀਨ ਵੀ ਹੈ ਤੇ ਸਭ ਦੇ ਬਾਅਦ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਬਾਦਲ ਪਰਿਵਾਰ ਦੇ ਬਾਕੀ ਜੀਆਂ ਵਾਂਗ ਬਾਦਲ ਸਾਹਿਬ ਦੇ ਕੋਲ ਵੀ ਆਉਣ ਜਾਣ ਲਈ ਕੋਈ ਕਾਰ ਨਹੀਂ ਹੈ। ਬਿਊਰੋ ਰਿਪੋਰਟ, ਦੈਨਿਕ ਸਵੇਰਾ ਟੀਵੀ।